Bismillahirrahmanirrahim. Allahumma kulli waliyakal hujjat ibn al-Hassan askari alayhi salam salwat. Salwatuka alayhi wa ala bayhi fi hadhihi as-saat wa fi kulli saat. من ذات الليل والنهار وليا وحافظا وقائدا وناصرا ودليلا وعينا أتتسكنه أرض قاتون وتمتعه فيها طويلا يا رب محمد وآل محمد صل على محمد وآل محمد وجل فرجا آل محمد صلوات آذان دے بعد نمازی سید کیا بات ہے یار آج رضا دا حکم ہی ہوئی حسین علیہ السلام دی دھی دے دکھاں دی کہانی پڑھی میں کچھ بندیاں نوں ڈٹھا جے نہ ہائے کیتی کچھ بندیاں سر دی ہائے نہیں کیتی یا تے بندہ ڈھیر امیر ہے یا حسین دی دھی دے زخماں دا نہیں پتا منتا کرن دا میادی نہیں بسم اللہ کر میرے بعد میرا بیٹا زینب بس تشریف فرمائے اللہ عرشاں دے رنگ لاوے پتر میرا ماں اولاد چنگی ہوئے تے ماں ہوتی بند میں شروع کیتا ہے مکیسا میں وین تے لیکن میں پہلے چہرے پڑھ سا غریب دی دھی ہے حکیم صاحب شاید غریب دی دھی سمجھ کے کوئی امیر بن جائے جڑا غریب دی دھی نو غریب بن کے رو سکتا ہے تیری ہائے ممبر تے اس آذان اے آذان دے بعد نمازی سید کیتا شام دے وچ اعلان روک سیدہ دے میری چون سالان دی آئے وہ بھین آئی لوگا جیڑی مر گئی بچا اے ہڑ رنے ہو یار ہڑ رنے ہو میں تیرے دی عطا ہے تیری نسل دی خیر ہو میں نہ تھکڑا لے لگا رہا ہو اللہ تعالیٰ سلامت رکھے جی بسم اللہ کرا سیدہ دے کوئی آن شریف جنازہ ہوئے میرا ہو نقصان سیدہ دے انو کفن سجاد پوا نہیں سکیا اس گل دا بومر ماں آجا تف آجا 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 تیرے بھرا بستے رہا تو بستا رہا ہوئے دھی علی دی تیرے تراضی ہوئے شلے پیار محبت قائم رہوئے کچھ بندے رننے کچھ نہیں رننے بسم اللہ کرم بابا میں صدقے جاؤں جڑے بندے حیران بیٹھے ہو کہ انسا پیا دن جے دے بابے دے کپڑے عرشان تو آئے دھی دا کفن کوئی نہیں شاباش دعا مگنا شالا کدے دھی نہ روے اگلی سترہ کھاندے ہائے کر لئی میرا اللہ جے روے سے شالا پے کے وسدے ہوئے سبحان اللہ سبحان اللہ آجان
ਨਾ ਜਾਨ ਦੇ ਬਾਦ ਨਮਾਜ਼ੀ ਸੈਯਦ ਕੀਤਾ ਸ਼ਾਮ ਦੇ ਵਿੱਚ ਐਲਾਨ ਮੇਰੀ ਚੌਂ ਸਾਲਾਂ ਦੀ ਹਾਏ ਵੋ ਭੈਣ ਆਈ ਲੋਗਾਂ ਜਿਹੜੀ ਮਰ ਗਈ ਵਿੱਚ ਰੋਂਦਾ ਸਿਰ ਰੋਂਦਾ ਸਿਰ ਔਰ ਉਸ ਤਰ੍ਹਾਂ ਜਿਤਨਾ ਅਲੀ ਦੀ ਧੀ ਨੂੰ ਮਨਜ਼ੂਰ ਹੋਇਆ ਮੈਂ ਸਦਕੇ ਜਾਵਾਂ ਬੰਦ ਇੱਕ ਬੜਾ ਪੁਰਾਣਾ ਯਾਦ ਆ ਗਿਆ ਬਾਅਦ 'ਚ ਅੱਤ ਮੇਰਾ ਦਿਲ ਲੈ ਤੇਰੇ ਮਜ ਮਿਜ ਬੰਦ ਪੜਾ ਸੱਚ ਸ਼ਬਾਦ ਮੇਰਾ ਸਹੀ ਹੈ ਗਮਸ਼ ਬੰਦ ਮੇਰਾ ਦਿਲ ਅੱਛਾ 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 ਸੈਯਦਾ ਦੇ ਕੋਈ ਆਣ ਸ਼ਰੀਕ ਜਨਾਜ਼ਾ ਹੋਵੇ ਮੇਰਾ ਹੋ ਗਿਆ ਬਹੁ ਨੁਕਸਾਨ ਉਹਨੂੰ ਕਫਨ ਸਜਾਦ ਪਵਾ ਨਹੀਂ ਸਕਿਆ ਇਸ ਗੱਲ ਦਾ ਅਰਮਾਨ ਇਹਦਾ ਹੱਥ ਨਾਲ ਹੁਸੈਨ ਦੀ ਧੀ ਦੀ ਗੁਰਬਤ ਇੱਕ ਵਾਰੀ ਮਾਤਮ ਕਰ ਲੈ ਨੌਕਰ ਬਾਬਾ ਨੌਕਰ ਉਹ ਮੈਂ ਸਦਕੇ ਜਾ ਅਕੀਮ ਸਾਹਿਬ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਹੋਵੇ ਇੱਕ ਬੰਦ ਹੋਰ ਪੜਾਂ ਦਿਲ ਮੇਰਾ ਨਹੀਂ ਲੇਕਿਨ ਤੁਸੀਂ ਜੋ ਮੇਰਾ ਆਖਿਆ ਤਾਂ ਮੈਂ ਪੜ੍ਹ ਦੇਣਾ ਦਰਜਾਤ ਬੁਲੰਦ ਹੋਣ ਹਾਫਿਜ਼ ਮੁਹੰਮਦ ਅਲੀ ਮਰਹੂਮ ਦੇ ਹਾਏ ਮੈਂ ਸਦਕੇ ਜਾਵਾਂ ਸੈਯਦਾ ਦੇ ਕੋਈ ਆਣ ਸ਼ਰੀਕ ਜਨਾਜ਼ਾ ਹੋਵੇ ਮੇਰਾ ਹੋ ਗਿਆ ਬਹੁ ਨੁਕਸਾਨ ਉਹਨੂੰ ਕਫਨ ਸਜਾਦ ਪਵਾ ਨਹੀਂ ਸਕਿਆ ਇਸ ਗੱਲ ਦਾ ਬਹੁ ਅਰਮਾਨ ਸੈਯਦਾ ਦੇ ਲੋਗਾ ਮੇਰੀ ਭੇਣ ਮਰ ਗਈ ਅੱਲਾ ਤੁਹਾਨੂੰ ਸਲਾਮਤ ਰੱਖੇ ਬੀਬੀ ਦਾ ਸਦਕਾ ਤੁਸੀਂ ਵਸਦੇ ਰਹੋ ਦਿਲ ਕਰਦਾ ਮੈਂ ਛਤਰ ਆਖਾਂ ਇਹ ਨਾ ਆਦਤ ਸ਼ਾਇਦ ਮੈਂ ਕੁਝ ਹੋਰ ਪੜਦਾ ਚੇਲਮ ਦੇ ਆਇਆ ਮੈਨ ਤੂੰ ਵੀਰ ਨਿੱਕਾ ਤੇ ਜਾਨ ਤੋਂ ਪਿਆਰਾ ਕਿਸ ਕਿਸ ਸ਼ਹਿਰ ਦੀ ਤੇ ਕਿਸ ਕਿਸ ਗਿਰਾਂ ਦੀ ਨੁਮਾਇੰਦਗੀ ਮੇਰੇ ਸਾਹਮਣੇ ਉਹ ਇਹਦਾ ਪਿਆਰ ਹੈ ਯਕਮ ਮੁਹਰਮ ਤੋਂ ਮੁਸਲਸਲ ਮਜਲਸਾਂ ਤੇ ਨਜ਼ਰ ਆ ਰਹੇ ਤੂੰ ਹਰ ਕਿਸੇ ਨੂੰ ਇਹ ਯਾਦ ਹੈ ਜਲਦੀ ਆਵੇ ਮੈਂ ਗਰੀਬ ਦੀ ਫੂੜੀ ਵਿਛਾ ਲਿਆ ਯਾਰ ਕੋਈ ਪੁੱਤਰ ਦੀ ਸ਼ਾਦੀ ਲਈ ਤਰੇ ਤਰਲੇ ਨਹੀਂ ਕਰਦਾ ਥੋੜੀ ਜੀ ਥੋੜੀ ਮਦਦ ਕਰਨਾ ਲਾਲਾ ਵੱਡਾ ਅੱਲਾ ਤੁਹਾਨੂੰ ਸਲਾਮਤ ਰੱਖੇ ਕੋਈ ਪੁੱਤਰ ਦੀ ਸ਼ਾਦੀ ਹੱਥ ਖੋਲਣਾ ਨਾਰਾਜ਼ ਨਹੀਂ ਹੋਣਾ ਕੋਈ ਪੁੱਤਰ ਦੀ ਸ਼ਾਦੀ ਲਈ ਇਤਨੇ ਤਰਲੇ ਕਿਸੇ ਦੇ ਨਹੀਂ ਕਰਦਾ ਜਿਤਨੀ ਗਰੀਬ ਦੀ ਫੂੜੀ ਵਿਛਾ ਕੇ ਬੰਦੇ ਬੰਦਿਆਂ ਦੀਆਂ ਮਿੰਨਤਾਂ ਯਾਰ ਮਜਲਿਸ ਤੇ ਜ਼ਰੂਰ ਆਵੇ ਹੁਸੈਨ ਦੀ ਅੰਮਾ ਬੜਾਈ ਮੈਂ ਹੈਰਾਨ ਉਸ ਬੰਦੇ ਤੋਂ ਨਾ ਜਿਹਦੇ ਸਾਹਮਣੇ ਮਜਲਿਸ ਸ਼ਬੀਰ ਚ ਜ਼ਿਕਰ ਸ਼ਬੀਰ ਹੋਵੇ ਬੰਦਾ ਹਾਏ ਨਾ ਕਰੇ ਮੇਰਾ ਅੱਲਾ ਸ਼ਾਲਾ ਕਹਿਣ ਦੀ ਧੀ ਦੁਖੀ ਨਾ ਹੋਵੇ ਮੈਂ ਜੁਮਲਾ ਆਖਾਂਗਾ ਦਾਦਾਰਾਂ ਦੇ ਚਿਹਰਿਆਂ ਤੋਂ ਮੈਨੂੰ ਨਜ਼ਰ ਆ ਜਾਏਗਾ ਮੈਂ ਕਿਤਨੀਆਂ ਸਤਰਾਂ ਅੱਖਾਂ ਦੁਨੀਆਂ 'ਤੇ ਆਈ ਅਤੇ ਹਰ ਵਿਹੜੇ ਦਾ ਫਰਦ ਰੁੰਨਾ ਪਿਓ ਹੀ ਰੁੰਨਾ ਮਾਂ ਹੀ ਰੁੰਨੀ ਸ਼ਬੀਰ ਨੂੰ ਬਹਿਣਾ ਆਖਿਆ ਰੋਂਦਾ ਕਿਉਂ ਹੈ ਸ਼ਬੀਰ ਫਰਮਾਇਆ ਧੀਆਂ ਨਹੀਂ ਰੋਵੈਂਦੀਆਂ ਧੀਆਂ ਦੇ ਦੁੱਖ ਰੋਵੈਂਦਾ ਸ਼ਾਬਾਸ਼ 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 ਮੈਨੂੰ ਇਹਦਾ ਮੁਕੱਦਰ ਰੁਆ ਗਿਆ ਹੱਥ ਬੰਨ ਕੇ ਪਈ ਅਦੀਏ ਤੂੰ ਬਾਦਸ਼ਾਹ ਹੈ ਜੱਗ ਦਾ ਵੱਤ ਧੀ ਦਾ ਨਸੀਬ ਕਿਉਂ ਰੋਣਾ ਸ਼ਬੀਰ ਫਰਮਾਇਆ ਤੂੰ ਹੈ ਮੇਰੀ ਭਾਈਵਾਲ ਇਹ ਤੇਰੀ ਭਾਈਵਾਲ ਮੇਰੀ ਭਾਈਵਾਲ ਕਿਵੇਂ ਆਲੀਆ ਭੈਣ ਪੀ ਪੁੱਛਦੀ ਕਿਵੇਂ ਤੇ ਰੋ ਕੇ ਸ਼ਬੀਰ ਫਰਮਾਇਆ ਮੈਂ ਵਤਨ ਛੁੜੇ ਸਾਂ ਤੂੰ ਨਾਲ ਛੁੜੇ ਸਾਂ
ਇਹ ਤੇਰੇ ਨਾਲ ਸੀ ਸਾਰੀਆਂ 28 ਰਜਬ ਤੋਂ ਹੁਸੈਨ ਸ਼ੁਰੂ ਹੋਏ। ਸ਼ਬੀਰ ਫਰਮਾਇਆ ਕਰਬਲਾ ਇੱਚ ਪਹੁੰਚ ਸਾਂ, ਹਾਏ ਹਾਏ 6 ਨੂੰ ਖੈਮੇ ਪੱਟੀ ਸਨ, 7 ਦਾ ਪਾਣੀ ਬੰਦ ਸੀ। ਸ਼ਬੀਰ ਫਰਮਾਇਆ 9 ਦਾ ਦਿਨ ਚੜ੍ਹਸੀ, ਇਹ ਤੇਰੇ ਨਾਲ ਨਾਲ ਰਾਸੀ ਭਾਈਵਾਲ ਬਣਦੀ ਆ ਸੀ, ਲੇਕਿਨ ਇੱਕ ਇੱਥੇ ਆ ਕੇ ਹੁਸੈਨ ਮੂੰਹ 'ਤੇ ਮਾਤਮ ਕੀਤਾ, ਭਿਰਾ ਦੇ ਹੱਥ ਨੱਪ ਕੇ ਪਿਆ ਦੀ, ਹੁਣ ਦੱਸ ਹੁਣ ਮਾਤਮ ਕਿਉਂ ਕੀਤਾ ਜੀ? ਸੈਯਦਾ ਦੇ ਤੂੰ ਪੁੱਤਰ ਦੇ ਸੇ ਇਹ ਭਿਰਾ ਦੇ ਸੀ, ਤੂੰ ਭਿਰਾ ਦੇ ਸੇ ਇਹ ਬਾਬਾ ਦੇ ਸੀ। ਇੱਥੇ ਹੁਸੈਨ ਰੋ ਕੇ ਪਿਆ ਦੇ, ਇੱਕ ਮੰਜ਼ਿਲ 'ਤੇ ਤੇਰੇ ਨਾਲ ਵੱਜਾ ਸੀ, ਮੇਰਾ ਘਰ ਰੇ ਮੈਂ ਕੋਈ ਜ਼ਾਕਿਰ ਬਣ ਕੇ ਨਹੀਂ ਆਇਆ, ਆਲਮ 'ਤੇ ਮੇਰਾ ਹੱਥ ਹੈ, ਮੈਂ ਇਸ ਗੱਲ ਦੇ ਬਾਅਦ ਵੀ ਮਰ ਛੁੱਟ ਜਾਵਾਂ ਤਾਂ ਮੈਨੂੰ ਕੋਈ ਮਮਾਨਤ ਨਹੀਂ, ਲੇਕਿਨ ਤੂੰ ਹਾਏ ਨਾ ਕਰੇ ਮੈਨੂੰ ਅਰਮਾਨ ਲੱਗੇਗਾ ਮੈਨੂੰ ਗਾਜ਼ੀ ਦੇ ਕੱਟੇ ਬਾਅਦ ਆਉਣ ਦੀ ਕਸਮ। ਸ਼ਬੀਰ ਫਰਮਾਇਆ ਇੱਕ ਮੰਜ਼ਿਲ 'ਤੇ ਤੇਰੇ ਨਾਲ ਵੱਧ ਵੈਸੀ, ਸੈਨ ਫਰਮਾਇਆ ਕਿਹੜੀ? ਰੋ ਕੇ ਹੁਸੈਨ ਫਰਮਾਇਆ ਤੂੰ 70 ਕਦਮ ਤੇ, ਹੁਸੈਨ 7 ਕਦਮ ਤੇ, ਤੂੰ ਉੱਥੇ ਆਖਸੇ ਨਮਾਰ ਖੰਜਰ 'ਚ ਹੱਥ ਪਾ ਗਾਏ, ਕੁਰਲਾ ਕੁਰਲਾ ਤੇਰੇ ਵੈਣ ਬੁਲੰਦਣ, ਜ਼ਿੰਦਗੀ ਦਾ ਨਹੀਂ ਪਤਾ। ਜੀ ਕਰਾਂ ਜੀ ਕਰਾਂ ਜੀ ਕਰਾਂ ਜੀ ਕਰਾਂ ਜਗਿਆ ਲਿਆ ਮੈਨੂੰ ਗਾਜ਼ੀ ਦੀ ਕਸਮ, ਹੁਸੈਨ ਬੜਾ ਰੁੰਨਾ, ਛਲ ਧੀਆਂ ਦੁਖੀ ਨਾ ਹੋਣ ਮੈਂ ਬਾਰ ਬਾਰ ਪਿਆ ਦੋ, ਬੜਾ ਰੁੰਨਾ ਅਕਬਰ ਦਾ ਬਾਬਾ। ਤੂੰ ਜਾਣਦਾ ਮੇਰਾ ਮਿਜ਼ਾਜ, ਮੈਂ ਘੰਟਿਆਂ ਦੇ ਘੰਟੇ ਦੁੱਖਾਂ ਦੀ ਕਹਾਣੀ ਪੜਦਾ, ਲੇਕਿਨ ਕਿਉਂਕਿ ਮਜਬੂਰੀ ਉਹਨੂੰ ਵੀ ਪਤਾ ਮੇਰੀ, ਵਰਨਾ ਮੈਂ ਹੋਰ ਤਫਸੀਲ ਕਰਦਾ ਜਾਂਦਾ, ਇਹ ਵੀ ਘਰ ਰੇ ਛੋੜ ਵੀ ਨਹੀਂ ਸਕਦਾ, ਲੇਕਿਨ ਕੋਸ਼ਿਸ਼ ਕਰਾਂਗਾ ਬਰਾਬਰ ਕਰ ਜਾਵਾਂ, ਬਜੜੇ ਦੇ ਹਵਾਲੇ ਮੈਂਬਰ ਕਰ ਸਾ। ਜੁਮਲਾ ਮੇਰਾ ਸਮਝੀ, ਜ਼ਿੰਦਗੀ ਦਾ ਨਹੀਂ ਪਤਾ ਕਿਹੜੇ ਮੋੜ 'ਤੇ ਮੁੱਕ ਜਾਵੇ। ਹਯਾਤ ਬਾਕੀ ਮੁਲਾਕਾਤ ਬਾਕੀ, ਸ਼ਬੀਰ ਫਰਮਾਇਆ ਇੱਕ ਮੰਜ਼ਿਲ 'ਤੇ ਤੇਰੇ ਨਾਲੋਂ ਵੱਧ ਸੀ, ਔਰ ਫਿਰ ਸ਼ਾਮੇ ਗਰੀਬਾਂ, ਹਾਏ 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 ਹਾਏ। ਇੱਥੇ ਜੁਮਲਾ ਮੈਨੂੰ ਬਜ਼ੁਰਗਾਂ ਦਾ ਬਾਬੇ ਸਾਬਰ ਅੱਲਾ ਦਰਜਾਤ ਬੁਲੰਦ ਕਰੇ, ਜ਼ਾਕਰੀ ਦਾ ਸੁਲਤਾਨ ਅੱਲਾ ਹਾਜੀ ਨਾਸਰ ਸਾਹਿਬ ਦੇ ਦਰਜਾਤ ਬੁਲੰਦ ਕਰੇ। ਕੈਸੇ ਕੈਸੇ ਲੋਕ ਟੁੱਟ ਗਏ, ਜ਼ਮੀਨ ਖਾ ਗਈ, ਆਸਮਾਂ ਕੈਸੇ ਕੈਸੇ, ਜਿਨ੍ਹਾਂ ਜ਼ਾਕਰੀ ਦੇ ਕਈ ਕਈ ਰਖਤ ਮਾਤਮੀਆਂ ਦੇ ਹਵਾਲੇ ਕੀਤੇ, ਜ਼ਿੰਦਗੀ ਹੋ ਗਈ ਤੈਨੂੰ ਉਹਨਾਂ ਦੇ ਜੁਮਲੇ ਸੁਣ ਕੇ ਰੋਂਦੇ ਹਾਂ। ਜਿਹੜੇ ਬੰਦਾ ਹਾਜ਼ਰ ਬੈਠਾ ਹੈ, ਮੈਨੂੰ ਬਾਬੇ ਸਾਬਰ ਸਾਹਿਬ ਦੀ ਇੱਕ ਜੁਮਲਾ ਇੱਕ ਸਤਰ ਯਾਦ ਆ ਗਈ। ਸ਼ਬੀਰ ਫਰਮਾਇਆ ਮਾਸੂਮਾ ਵਸਦੇ ਵੇਲੇ ਰੋਂਦੀ ਕਿਉਂ ਹੈ, ਸਮਝਦੀ ਕਿਉਂ ਨਹੀਂ? ਬਾਬਾ ਮੈਨੂੰ ਤੇਰਾ ਸੀਨਾ ਨਹੀਂ ਲੱਭਦਾ, ਮੈਨੂੰ ਨਿੰਦਰ ਨਹੀਂ ਆਉਂਦੀ। ਸ਼ਬੀਰ ਫਰਮਾਇਆ ਅੱਜ ਦੇ ਬਾਅਦ ਜਦੋਂ ਮੈਂ ਨਾ ਹੋਵਾਂ, ਅਕਬਰ ਦੇ ਸੀਨੇ 'ਤੇ ਸਮ ਗਈ ਕਰ, ਜਾਂ ਤਾਂ ਬੰਦਾ ਸ਼ੀਆ ਨਹੀਂ ਜਾਂ ਮਜਲਿਸ ਵੇਖਣ ਆਇਆ, ਜੇ ਘਰ 'ਚ ਔਲਾਦ ਹੈ ਤਾਂ ਮਜ਼ਹਬ ਜਿਹੜਾ ਵੀ ਹੈ, ਯਕੀਨਨ ਤੇਰੇ ਘਰ 'ਚ ਔਲਾਦ ਹੋਵੇ ਤੇਰੀ ਹਾਏ ਜ਼ਰੂਰ ਆ ਜਾ ਸੀ। ਸ਼ਾਮੇ ਗਰੀਬਾਂ, ਸ਼ਾਮੇ ਗਰੀਬਾਂ, ਹੁਸੈਨ ਦੀ ਧੀ ਐਸਾ ਰੈਣ ਕੀਤਾ, ਉਹ ਸ਼ਹੀਦਾਂ ਦੀਆਂ ਲਾਸ਼ਾਂ ਤੜਪੀਆਂ, ਇੰਜ ਬਾਬੇ ਦੇ ਪਾਸੇ ਨੇ ਕਹਦੀਏ, ਬਾਬਾ ਤੁਸੀਂ ਖੁਦ ਫਰਮਾਇਆ ਹੀ ਜਦੋਂ ਮੈਂ ਨਾ ਹੋਵਾਂ, ਅਕਬਰ ਦੇ ਸੀਨੇ 'ਤੇ ਸੁੱਤੀ ਕਰ। ਇੰਜ ਹੱਥ ਬੰਨ ਕੇ ਧੀ ਇੱਕ ਸਵਾਲ ਪੇ ਕਰਦੀ, ਇੱਕ ਗੱਲ ਤੇ ਦੱਸ, ਨਾ ਤੂੰ ਲੱਭਦਾ ਹੈ ਨਾ ਅਕਬਰ ਲੱਭਦਾ ਹੈ, ਪੁੱਛਣਾ ਹੀ ਆ ਯਤੀਮ ਮਿੱਟੀਆਂ ਤੇ ਕੀ ਵੇ। ਮਰਹਬਾ ਮਰਹਬਾ ਮੇਰਾ ਬਾਰਵਾ ਮੌਲਾ ਇਹਨਾਂ ਦੇ ਵੇਣ ਕਬੂਲ ਕਰ। ਅੱਲਾ ਜਲ ਯਾ ਇਮਾਮ, ਅੱਲਾ ਜਲ ਯਾ ਇਮਾਮ, ਕਿਆ ਬਾਤ ਹੈ ਯਾਰ ਤੇਰੇ ਰੋਣ ਦੇ। ਮੈਂ ਸਦਕੇ ਜਾਵਾਂ, ਬਾਬਾ ਮੈਂ ਪੁੱਛਣਾ ਹੀ ਆ ਯਤੀਮ ਮਿੱਟੀਆਂ ਤੇ ਕਿਵੇਂ ਸਮਝੇ। ਫਿਰ ਬਾਬੇ ਦੀ ਲਾਸ਼ 'ਤੇ ਕੋਈ ਧੀ ਮੈਨੂੰ ਐਸੀ ਵਿਖਾ ਜਿਹੜੀ ਪਿਓ ਦੀ ਲਾਸ਼ 'ਤੇ ਆਈ ਹੋਵੇ। ਲਾਸ਼ ਪਿਆ ਦਾ ਜਿਹੜੀ ਪਿਓ ਦੀ ਲਾਸ਼ 'ਤੇ ਆਈ ਹੋਵੇ ਤੇ ਉਹਨੂੰ ਕਿਸੇ ਮਾਰਿਆ ਹੋਵੇ। ਇਹ ਸਿਰਫ ਹੁਸੈਨ ਦੀ ਧੀ ਹੈ ਜਿਹੜੀ ਬਾਬੇ ਨੂੰ ਮਿਲਣ ਆਈ ਤੇ ਲੋਕਾਂ ਮਾਰਿਆ, ਔਰ ਫਿਰ ਇਤਨਾ ਮਾਰਿਆ ਜ਼ਖਮੀ ਹੋ ਗਈ। ਮੈਂ ਇਸ ਤੋਂ ਅੱਗੇ ਇਸ਼ਾਰਾ ਨਹੀਂ ਕਰਾਂਗਾ, ਕਦੇ ਕਦੇ ਮੇਰਾ ਦਿਲ ਕਰਦਾ ਕਿਤੇ ਮਜਮਾਤਮੀ ਮਜਬੂਰ ਕਰਨ 'ਤੇ ਮੈਂ ਇਸ਼ਾਰਾ ਇਸ ਤੋਂ ਅੱਗੇ ਕਰਨਾ, ਵਰਨਾ ਨਹੀਂ ਕਰਦਾ। ਬਸ ਇਤਨਾ ਮਾਰਿਆ ਨੇ ਜ਼ਖਮੀ ਹੋ ਗਈ। ਫਿਰ ਇਹ ਬਾਅਦ ਹਰ ਬੀਬੀ ਦੇ ਹੱਥ ਇੰਜ ਬੱਧੇ, ਆਤਫ ਤੇ ਹੁਸੈਨ ਦੀ ਧੀ ਦੇ ਹੱਥ
ਸ਼ਾਮ ਦੇ ਰਾਤ ਜਿੱਥੇ ਇਹਨਾਂ ਦਾ ਦਿਲ ਕਰਦਾ ਹੀ ਹੁਸੈਨ ਦੀ ਧੀ ਨੂੰ ਮਾਰਦੇ ਆ। ਚਲੋ ਮੌਲਾ ਇਹਨਾਂ ਆਵਾਜ਼ਾਂ ਤੇ ਰਹਿਮ ਫਰਮਾਵੇ, ਇਹਨਾਂ ਇਹਨਾਂ ਬੇਵਾਰਸ ਲਾਸ਼ਾਂ ਦਾ ਵਾਰਸ ਜਲਦੀ ਆ ਜਾ ਜਿਹਨੂੰ ਅਸੀਂ ਰੋਂਦੇ ਪਏ ਆ। ਸ਼ਾਮ ਦੇ ਰਾਤ ਜਿੱਥੇ ਇਹਨਾਂ ਦਾ ਦਿਲ ਕਰਦਾ ਮੇਰੀ ਸੈਣ ਨੂੰ ਮਾਰਨ, ਜਿਸ ਦਾ ਦਿਲ ਕਰੇ ਆ, ਜਿਸ ਦਾ ਬਿਸਮਿਲ੍ਲਾ ਬਿਸਮਿਲ੍ਲਾ ਕਰ। ਹਾਏ ਅੱਖਾਂ, ਅੱਲਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਕਰੇ। ਇਹ ਅਜ਼ਾਦਾਰੀ ਹੈ ਨਾ। ਆਖਾਂ ਸੱਤਰ ਮੈਨੂੰ ਸੱਯਦ ਸਮਝ ਕੇ ਮਾਫ਼ ਕਰ ਦੇਣਾ, ਸੱਜਾਦ ਜਵਾਨੋ ਸਰ ਜਾਣਾ, ਜਿਵੇਂ ਵਹਿਣ ਪੇ ਕਰ ਦਿਓ ਇੱਕ ਵਾਰੀ ਸਰ ਜਾਣਾ। ਸੱਜਾਦ ਕੋਲ ਆਈ, ਹੱਥ ਬੰਨ ਕੇ ਪਿਆ ਦੀਏ, ਕਾਫਲੇ 'ਚ ਬੱਚੇ ਹੋਰ ਵੀ ਹੈਣ। ਸੱਜਾਦ ਅਗਰ ਮੈਂ ਨਜ਼ਰ ਨਾ ਆਵਾਂ, ਪਹਿਲੇ ਮੈਨੂੰ ਲੱਭ ਦੇਣ, ਫਿਰ ਮੈਨੂੰ ਮਾਰ ਦੇਣ। ਤੇਰੀ ਹਾਏ ਮਿੰਬਰ ਤੇ ਆ ਜਾਵੇ, ਇਮਾਮ ਫਰਮਾਇਆ ਸਿਮਰ ਕਮੀਨਾ ਕਿਉਂ ਮਾਰਨਾ, ਅਤੇ ਇਹਨੂੰ ਨਹੀਂ ਮਾਰਦਾ ਮੈਂ ਤੇਰੇ ਬਾਬੇ ਨੂੰ ਸੰਗ ਤੇ ਮਾਰਨਾ। ਇਮਾਮ ਫਰਮਾਇਆ ਬਾਬੇ ਨੂੰ ਕਿਵੇਂ, ਅਤੇ ਤੇਰਾ ਸਰਬਾ ਨਾ ਮੰਨੇ ਸ਼ੀਆ ਬੰਦਾ ਹਾਏ ਨਾ ਕਰੇ, ਮੈਨੂੰ ਗਾਜ਼ੀ ਦੀ ਕਸਮ, ਅਤੇ ਤੇਰਾ ਸਰਬਾ ਮਾਰੀਆ ਤੇਰੇ ਬਾਬੇ ਉਫ ਨਹੀਂ ਕੀਤੀ, ਤੇ ਜਦੋਂ ਤੇਰੀ ਭੈਣ ਆਈ ਹੈ ਨਾ, ਮੈਂ ਖੰਜਰ ਰੱਖਿਆ ਜ਼ਮੀਨ ਤੇ, ਇੱਕ ਹੱਥ ਨਾਲ ਤੇਰੀ ਭੈਣ ਦੇ ਦੋਵੇਂ ਹੱਥ ਨੱਪੇ, ਦੂਸਰੇ ਹੱਥ ਨਾਲ ਮਾਰਿਆ ਤਮਾਚਾ, ਉਹ ਜਿਹੜਾ ਖੰਜਰ ਤੇ ਨਹੀਂ ਤੜਪਿਆ, ਰੋ ਕੇ ਤੇ ਗਾਜ਼ੀ ਮੇਰੀ ਧੀ ਛੁੜਾ। ਕੁਰਲਾ 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 ਕੁਰਲਾ, ਰੋ ਲੈ ਰੋ ਲੈ ਰੋ ਲੈ, ਅੱਬਾਸ ਮੇਰੀ ਧੀ ਨੂੰ ਮਰੇਂਦਾ। ਇਸ ਦਾ ਮਤਲਬ ਮੈਨੂੰ ਉੱਥੇ ਪਤਾ ਲੱਗਾ ਹੀ, ਇਹਨੂੰ ਜ਼ਰਬਾਂ ਦਾ ਕੋਈ ਦਰਦ ਨਹੀਂ, ਇਹਨੂੰ ਧੀ ਦੇ ਤਮਾਚਿਆਂ ਦਾ ਬੜਾ ਅਰਮਾਨ ਹੈ। ਬੈਠ ਜਾ ਬੇਟਾ, ਬੇਟਾ ਮੁਸਾਹਿਬ ਪੜ੍ਹਦਾ, ਇਹਨੂੰ ਜ਼ਰਬਾਂ ਦਾ ਕੋਈ ਦਰਦ ਨਹੀਂ, ਇਹਨੂੰ ਧੀ ਦੇ ਤਮਾਚਿਆਂ ਦਾ ਵੱਡਾ ਅਰਮਾਨ ਹੈ। ਫਿਰ ਜਦੋਂ ਮੈਂ ਅੱਜ ਵੇਖਣਾ, ਮੈਂ ਸੁਬਾ ਮਾਰਿਆ, ਹੁਣ ਤਾਈਂ ਪਿਆ ਰੋਂਦਾ, ਪੂਰੇ ਪੂਰੇ ਮਜਮੇ ਚੋਂ ਚਿੱਟੀਆਂ ਦਾ ਜਵਾਨ ਵੀ ਰੋ ਪਏ, ਡਿਸੋ ਨੇ ਵਹਿਣ ਪੇ ਕਰਦੇ ਨੇ, ਮੈਂ ਅੱਖਾਂ 'ਚ ਥਰੂ ਵੇਖ ਰਿਹਾ ਪੂਰੇ ਮਜਮੇ 'ਚੋਂ। ਇਹ ਅਲਮ ਤੇ ਮੇਰਾ ਹੱਥ ਹੈ, ਇੱਥੋਂ ਵੀ ਤਫਸੀਲ ਕਰਾਂ, ਘੰਟੇ ਚਾਹੀਦੇ ਨੇ। ਪੂਰੇ ਮਜਮੇ 'ਚੋਂ ਇੱਕ ਬੰਦਾ ਇਤਨੀ ਹਾਏ ਕਰੇ, ਜਿਵੇਂ ਕਬਰੇ ਮਾਸੂਮਾਂ 'ਤੇ ਖਲੋ ਕੇ ਬੰਦੇ ਦਾ ਦਿਲ ਨਾ, ਮੈਂ ਜਾ ਕੇ ਸਹਿਣ ਦੀ ਜ਼ਰੀ 'ਤੇ ਹਾਏ ਕਰਾਂ। ਇੱਥੇ ਬਹਿ ਕੇ ਇੱਕ ਵਾਰੀ ਹਾਏ ਇੰਚ ਕਰੀ, ਜਿਵੇਂ ਤੇਰਾ ਦਿਲ ਤੋਂ ਸ਼ਾਮ ਜਾ ਕੇ ਕਰੇ। ਮੈਨੂੰ ਗਾਜ਼ੀ ਦੇ ਕੱਟੇ ਬਾਜ਼ੂਆਂ ਦੀ ਕਸਮ, ਬਾਜ਼ਾਰ 'ਚ ਇੱਕ ਘੋੜਾ ਰਸ਼ ਦੇ ਡਰ ਦੀ ਵਜ੍ਹਾ ਤੋਂ ਰੁਕ ਗਿਆ, ਇੱਕ ਕਮੀਨੇ ਉਹਦੇ ਮੂੰਹ 'ਤੇ ਤਾਜ਼ੀਆਂ ਨਾ ਮਾਰਿਆ, ਦੂਸਰਾ ਕਮੀਨਾ ਹੱਥ ਨੱਪ ਕੇ ਦੇ, ਤੈਨੂੰ ਨਹੀਂ ਪਤਾ ਹੈਵਾਨ ਦੇ ਮੂੰਹ 'ਤੇ ਨਹੀਂ ਮਾਰੀਦਾ, ਨਹੀਂ ਤੇਰੀ ਹਾਏ ਨਹੀਂ ਆਈ, ਜਿਹਦਾ ਹੱਥ ਨਾ ਲਿਓ ਤਾਂ ਮਾਤਮ ਜ਼ਰੂਰ ਆ ਜਾਏਗਾ। ਹੈਵਾਨ ਦੇ ਮੂੰਹ 'ਤੇ ਨਹੀਂ ਮਾਰੀਦਾ, ਕਿਉਂ? ਹਰ ਹੈਵਾਨ ਮੂੰਹ ਨਾਲ ਅੱਲਾ ਦੀ ਤਸਬੀਹ ਕਰਦਾ ਹੈ। ਕਿਉਂ ਹੋਇਆ ਬੰਦਾ ਜਿਹੜਾ ਹਾਏ ਨਾ ਕਰੇ? ਮਾਸੂਮਾ ਚੁਰ ਪਈ, ਆਦੀ ਸਜਾਦ ਇਹਨੂੰ ਆਖ ਮਮੀ ਕੁਰਾਨ ਪੜ੍ਹਦੀ ਆ। ਸਜਾਦ ਇਹਦਾ ਜਦੋਂ ਦਿਲ ਕਰਦਾ ਹੈ, ਮੇਰੇ ਮੂੰਹ ਸ਼ਾਬਾਸ਼ ਸ਼ਾਬਾਸ਼ ਨਾ ਥੱਕਣ ਵਾਲੇ ਦਦਾਰੋ, ਸ਼ਾਬਾਸ਼ ਨਾ ਥੱਕਣ ਵਾਲੇ ਨਜ਼ਰ ਜਵਾਨੀਆਂ ਮਾਣੋ, ਪਰਦੇਸੀਆਂ ਦੀ ਸ਼ਾਲਾ ਖੈਰ ਹੋਵੇ ਯਾਰ। ਸਜਾਦ ਇਹਨੂੰ ਜੀ ਬਾਬਾ, ਜੀ ਬਾਬਾ ਸਜਾਦ ਇਹਨੂੰ ਆਖ ਮੈਂ ਵੀ ਕੁਰਾਨ ਪੜ੍ਹਦੀਆਂ, ਇਹਦਾ ਜਦੋਂ ਦਿਲ ਕਰਦਾ ਹੈ ਮੈਨੂੰ ਮਾਰਦਾ। ਫਿਰ ਸਾਰੇ ਰਾਹ ਹੁਸੈਨ ਦੀ ਧੀ ਨੂੰ ਮਾਰਿਆ, ਜ਼ਿੰਦਾ ਨੂੰ ਮਿਲਿਆ ਜਾਂਦੀ ਛੱਤ ਕੋਈ, ਮਜਬੂਰੀ ਹੈ ਮੇਰੀ ਭਾਈ ਜਾਣਦਾ ਹੈ, ਵਰਨਾ ਮੈਂ ਹੋਰ ਤਫਸੀਲ ਕਰ ਦਿੰਦਾ। ਜ਼ਿੰਦਾ ਨੂੰ ਮਿਲਿਆ ਜਿਹਦੀ ਛੱਤ ਕੋਈ ਨਹੀਂ, ਹਾਏ 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 ਹਾਏ, ਹਰ ਬੀਬੀ ਔਰ ਜ਼ਿੰਦਾਨ ਦੀ ਛੱਤ ਕੋਈ ਨਹੀਂ। ਮਿੰਬਰ ਸ਼ਬੀਰ 'ਤੇ ਖਲੋ ਕੇ ਪਿਆ ਦਾਂ, ਗਰਮੀ ਵਧਿਆ ਨਾ ਤੋ ਹਰ ਬੀਬੀ ਦੀਵਾਰ ਨਾਲ ਨਾ ਕੰਡ ਲਾ ਕੇ ਨਾ ਲਾਲਾ ਪੈ ਜਾਵੇ ਆ, ਹਰ ਬੀਬੀ ਦੀਵਾਰ ਨਾਲ ਕੰਡ ਲਾਵੇ ਆ,
ਮੈਂ ਇਸ਼ਾਰਾ ਹੀ ਕਰਾਂਗਾ, ਮੈਂ ਇਸ ਤੋਂ ਅੱਗੇ ਨਹੀਂ ਆਖਾਂਗਾ, ਇਸ ਤੋਂ ਅੱਗੇ ਗੱਲ ਬੜੀ ਔਖੀ ਹੈ। ਉਹ ਮੋਮਨ ਬਰਦਾਸ਼ਤ ਹੀ ਨਹੀਂ ਕਰਦੇ। ਹਰ ਬੀਬੀ ਦੀਵਾਰ ਨਾਲ ਕੰਡ ਲਵੇ ਆ ਹੁਸੈਨ ਦੀ ਧੀ। ਬਸ ਰਿਹਾਈ ਆ ਗਈ ਹੈ ਮੇਰੀ ਮਦਦ। ਕਿਉਂ ਸ਼ਰਮਾ ਕੇ ਬੈਠਾ ਰਹਿੰਦਾ ਯਾਰ, ਹੁਸੈਨ ਦੀ ਧੀ ਦੇ ਵਹਿਣ ਵਹਿਣ ਕਰਕੇ ਰਹਿੰਦਾ ਕਰ। ਹਰ ਬੀਬੀ ਕੰਡ ਲਵੇ ਆ ਤੇ ਸਹਿਣ ਮੱਥਾ ਲਾ ਕੇ, ਪਤਾ ਨਹੀਂ ਕਿਤਨੀ ਜ਼ਖਮੀ ਗਈ। ਤੋ ਜਿਹੜਾ 13 ਸਫ਼ਰ ਵਾਲੇ ਦਿਨ ਵੱਖਰੀ ਵੱਖਰੀ ਰਿਵਾਇਤ, 29 ਮੁਹਰਮ 13 ਸਫ਼ਰ 5 ਰਬੀ ਲਵਲ ਵੱਖਰੀ ਵੱਖਰੀ ਰਿਵਾਇਤ ਹੁਸੈਨ ਦੀ ਧੀ ਦੀ ਸ਼ਹਾਦਤ ਦੀ। ਕਿਸੇ ਇਲਾਕੇ 'ਚ 29 ਮੁਹਰਮ ਮਨਾਈ ਜਾਂਦੀ, ਕਿਸੇ 13 ਸਫ਼ਰ ਔਰ ਕਿਸੇ 5 ਰਬੀ ਲਵਲ, ਜਿਹੜੀ ਵੀ ਹੈ ਜਿਹੜਾ ਦਿਨ ਹੈ, ਲੇਕਿਨ ਜਿਹੜੀ ਜ਼ਿਆਦਾ ਮਨਾਈ ਜਾਂਦੀ ਉਹ 13 ਸਫ਼ਰ ਹੈ। 13 ਸਫ਼ਰ ਦਾ ਦਿਨ ਚੜਿਆ ਅਤੇ ਅੱਜ ਜ਼ਿੰਦਾਨ 'ਚ ਤੁਰ ਰਹੀ ਹੈ। ਮਾਸੂਮਾ ਅਲੀ ਦੀਆਂ ਧੀਆਂ ਖਾ, ਅਸੀਂ ਚਵੀਏ ਨਹੀਂ, ਅੱਜ ਮੈਂ ਬਾਪੇ ਨੂੰ ਮਿਲਣਾ। ਮਾਂ ਟੁਰ ਪਈ, ਮਾਸੂਮਾ ਆ ਮੈਂ ਝੋਲੀ 'ਚ ਬਿਠਾ ਵਾਂ। ਨਹੀਂ ਅੰਮਾ, ਅੱਜ ਮੈਂ ਬਾਬੇ ਨੂੰ ਮਿਲਣਾ ਹੈ। ਕੋਈ ਹੈ ਜਿਹੜਾ ਦਾਦਾਰ ਇਤਨੀ ਉੱਚੀ ਹਾਇ ਕਰੇ ਜਿਵੇਂ ਅਲੀ ਦੀ ਧੀ ਚਾਹੁੰਦੀ ਹੈ? ਇੰਜ ਅਸਮਾਨ ਦੇ ਪਾਸੇ ਵੇਖ ਕੇ ਦੀ, ਅੱਲਾ ਤੈਨ ਮੇਰੀ ਦਾਦੀ ਦੀਆਂ ਤਰੁੱਟੀਆਂ ਪਸਰੀਆਂ ਦਾ ਵਾਸਤਾ। ਹੁਣ ਰੋਨੀਆਂ ਤੋੜਦਾ ਹੀ, ਜਿਸ ਪਾਸੇ ਵੇਖ ਰਿਹਾ ਹੁਣ ਗਾਤਾਂ ਦੀ ਸਦਾ ਆਈ। ਅੱਲਾ ਤੈਨ ਮੇਰੀ ਦਾਦੀ ਦੀਆਂ ਤਰੁੱਟੀਆਂ ਜਵਾਨੀਆਂ ਮਾਣੋ ਪਸਲੀਆਂ ਦਾ ਵਾਸਤਾ, ਅੱਜ ਮੈਨੂੰ ਬਾਬਾ ਮਿਲਾ। ਇਹ ਵਾਸਤਾ ਅੱਲਾ ਕਦੇ ਇਹ ਤੁਹਾਡੇ ਵਾਸਤੇ ਵੀ, ਇਹ ਅਮਲ ਮੇਰੀ ਸਹਿਣ, ਮੈਂ ਜੀ ਆਖਾਂ ਨਾ ਔਖੇ ਟਾਈਮ ਦਾ ਅਮਲ ਦੇ ਗਈ ਆਪਣੇ ਅਜ਼ਾਦਾਰਾਂ ਨੂੰ, ਇਹ ਅੱਲਾ ਕਦੇ ਵਾਸਤਾ ਨਹੀਂ ਮੋੜਦਾ ਦਿਸ਼ਾਂ ਤੋਂ। ਫਿਰ ਇੱਥੇ ਮੇਰੀ ਸਹਿਣ ਵਾਸਤਾ ਦਿੱਤਾ, ਫਿਰ ਉੱਥੇ ਹੁਸੈਨ ਦੇ ਸਰ ਦੀ ਹਾਲਤ, ਸੰਦੂਕ 'ਚ ਸ਼ਬੀਰ ਦਾ ਸਰ ਤੜਪਿਆ, ਤਾਲਾ ਤਰੁੱਟਾ, ਸੰਦੂਕ ਦਾ ਦਰਵਾਜ਼ਾ ਖੁੱਲ੍ਹਾ, ਤਾਰੀਖਾਂ ਦੀ ਛੱਤ ਨਾਲ ਹੁਸੈਨ ਦਾ ਸਰ ਲੱਗਾ। ਕੱਪੇ ਗੱਲ ਦਾ ਰੁੱਖ ਸਹੀ ਕੱਢੋ ਵੈਣ ਕਰੀ, ਇਸ ਕੱਪੇ ਗੱਲ ਦਾ ਰੁੱਖ ਫਿਰ ਗਿਆ ਕੈਦ ਖਾਨੇ ਵਾਲੇ ਪਾਸ, ਅਤੇ ਇੱਥੇ ਰੋ ਕੇ ਸ਼ਬੀਰ ਆਖਿਆ ਨੇ, ਆਲੀਆ ਰੋਜ਼ ਆਧਾ ਰਹੀਆਂ ਮੇਰੀ ਮਾਸੂਮਾ ਨਾ ਰੋਵੇ, ਮੇਰੀ ਧੀ ਕਹਿ ਰੋਈ ਆਈ। ਤੋ ਸ਼ਾਮ ਹੱਲੀ, ਤੈਰ ਬਿਨ ਅਬਦੁੱਲਾ ਸਿਪਾਹੀ ਹੈ ਜਿਹੜਾ ਸਰ ਦਾ ਪਹਾਰਾ ਪੈ ਦੇਣ, ਇਸ ਜਦੋਂ ਮੰਜ਼ਰ ਵੇਖਿਆ ਨਾ ਤਾਂ ਇਹਨੂੰ ਲੱਗਾ ਹੈ ਕਾਇਨਾਤ ਗਰਕ ਹੋਣ ਵਾਲੀ, ਭਜਿਆ ਹੈ ਕਮੀਨੇ, ਵੱਡੇ ਕਮੀਨੇ ਕੋਲ ਆ ਕੇ ਪਿਆ ਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਆਖਰ ਸਾਡੀ ਵੀ ਔਲਾਦ ਹੈ। ਇਹ ਬੱਚੀ ਇੱਕ ਮਿੰਟ ਹੋਰ ਰੁੰਨੀ ਨਾ ਤੇਰੀ ਸ਼ਾਮ ਗਰਕ ਹੋ ਜਾਣੀ ਹੈ, ਜਲਦੀ ਕਰ ਬਾਬੇ ਦਾ ਸਰ ਪੁੱਛਾ। ਫਿਰ ਇਮਾਮ ਨੂੰ ਬੁਲਾ ਕੇ ਪਿਆ ਦਾ, ਸਜਾਦ ਰੋਂਦੀ ਕੌਣ? ਫਰਮਾਇਆ ਮੈਂ ਗਰੀਬ ਦੀ ਭੈਣ, ਚੁੱਪ ਕਰਾ, ਸੈਯਦਾ ਦੇ ਬਾਬੇ ਦਾ ਸਰ ਦੇ। ਸਿਪਾਹੀ ਨੂੰ ਆਦਾ ਜਾ ਹੁਸੈਨ ਦਾ ਸਰ ਲੈ ਆ। ਮਾਫ਼ੀ ਮੰਗ ਕੇ ਜੁਮਲਾ ਆਖਣ ਲੱਗਾ, ਇੱਕ ਹੱਥ ਨਾਲ ਹੁਸੈਨ ਦਾ ਸਰ ਆਇਆ। ਚੰਗਿਆ ਲਿਆ ਤੇਰੀ ਮਰਜ਼ੀ ਹੈ, ਮੈਂ ਤਾਂ ਜੁਮਲਾ ਆਖ ਦਿੱਤਾ। ਮਹਾਰਾਜ ਅਲ ਬਹਿਰੈਨ ਦਾ ਮੋਤੀ ਹੈ ਜਿਹੜਾ ਜਬਰੀਲ ਦੇ ਪੁਰਾਂ ਤੇ ਸਮਝਾ, ਇੱਕ ਹੱਥ ਨਾਲ ਸੋਹਣਾ ਵੀਰ, ਇੱਕ ਹੱਥ ਨਾਲ ਉਹਦਾ ਸਰ ਆਇਆ। ਇਹ ਇੱਥੇ ਇੱਥੇ ਪੁੱਤਰ ਖੜਾਈ, ਦੌੜ ਪਿਆ, ਭਾਵੇਂ ਜੋ ਕੜੀਆਂ ਲੱਗ ਗਈਆਂ ਨਾ, ਫਿਰ ਵੀ ਤ੍ਰਿਖੇ ਕਦਮ ਚਾ ਕੇ ਪਿਆ ਦੇ। ਤੈਨੂੰ ਨਹੀਂ ਪਤਾ ਇਹਨੂੰ ਕਿਵੇਂ ਚਾਵੜਾਈ, ਇਹਦਾ ਇੱਕ ਵਾਲ ਟੁੱਟਿਆ, ਇਹਦੀ ਮਾਂ ਸਾਰਾ ਸਾਰਾ ਦਿਨ ਰੋਵੇ। ਮਹਿੰਦੇ ਮੈਂ ਬਾਬੇ ਨੂੰ ਥੋੜ੍ਹੀ ਕੁੜ ਲੈ ਕਰਨਾ ਜੀ ਵੈਡ ਕਰੀਏ। ਐ ਮਹਿੰਦੇ ਮੈਂ ਬਾਬੇ ਦਾ ਸਰ ਚਾਵਾਂ, ਪਿਓ ਦਾ ਸਰ ਚਾਇਆ, ਤ੍ਰੈ ਕਦਮ ਚਾਏ ਅਤੇ ਬਾਬੇ ਦੇ ਪਾਸੇ ਡਿੱਠਸ। ਇਹ ਇੱਥੇ ਰੱਖ ਕੇ ਪਿਆ ਦੇ, ਬਾਬਾ ਅੱਖਾਂ ਖੋਲ, ਉਹ ਮੇਰਾ ਜੱਗ ਦਾ ਬਾਦਸ਼ਾਹ ਬਾਬਾ। ਇਸੇ ਹਾਏ ਦੀ ਇੰਤਜ਼ਾਰ ਹੈ, ਤਿਆਰ ਹੋ ਸਾਰੇ, ਮੈਂ ਇੰਤਜ਼ਾਰ ਹੈ ਚੰਦ। ਉਹ ਮੇਰਾ ਜੰਨਤ ਦਾ ਨਵਾਬ ਬਾਬਾ, ਅੱਖਾਂ ਖੋਲਣਾ ਬੜੀ ਮੁਸ਼ਕਲ, ਹੁਸੈਨ ਅੱਖਾਂ ਖੋਲੀਆਂ, ਸਜਾਦ ਹੈ। ਹਾਂ ਬਾਬਾ ਸਜਾਦ, ਤੇਰੀ ਦਾੜੀ ਚਿੱਟੀ ਹੋ ਗਈ, ਜਵਾਨੀ ਭੈਣ
ਸਜਾਦ ਤੇਰੀ ਕਮਰ ਜੋਗੀ, ਬਾਬਾ ਦਾੜੀ ਤੇ ਤੁਹਾਡੀ ਵੀ ਚਿੱਟੀ। ਸਜਾਦ ਮੈਂ ਅਕਬਰ ਚਾਇਆ, ਮੈਂ ਅਸਗਰ ਚਾਇਆ, ਮੈਂ ਗਾਜ਼ੀ ਦੇ ਬਾਦ ਉਚਾਏ, ਮੈਂ ਕਾਸਿਮ ਦਾ ਮਰਾਂ ਦਫਨਾਇਆ, ਪਿਓ ਦੇ ਮੂੰਹ ਤੇ ਮੂੰਹ ਰੱਖਿਆ ਦੇ ਪੁੱਤਰ ਜਾਣਾ ਸੌਖਾ ਹੀ ਡਿੱਠੀ ਮਾਂ ਤੁਰਦੀ ਬਦਮਾਸ਼ਾਂ ਵਿੱਚ ਮੇਰੀਆਂ ਅੱਖੀਆਂ ਰੰਗ ਬਦਲਾਏ ਜਿੱਥੇ ਨੱਚਦੇ ਕਾਤਿਲ। ਅਮੀਰ ਬੰਦਾ ਜਿਹੜਾ ਮਦਰਸੇ ਚ ਹਾਏ ਨਹੀਂ ਕਰ ਸਕਿਆ, ਬਦਮਾਸ਼ਾਂ ਵਿੱਚ ਮੇਰੀਆਂ ਅੱਖੀਆਂ ਰੰਗ ਬਦਲਾਏ ਜਿੱਥੇ ਨੱਚਦੇ ਕਾਤਿਲ। ਜੋੜਾ ਉਹ ਮਾਤਮ ਤੇ ਹੋ ਸਕਦਾ, ਮੈਨੂੰ ਵਹਿਣ ਦੀ ਲੋੜ ਨਾ ਪਵੇ। ਤਰੇ ਕਦਮ ਮੇਰੇ ਇਮਾਮ ਚਾਹੇ ਜਿੰਦਾ ਉਹਦੇ ਦਰਵਾਜ਼ੇ ਤੇ ਆ ਕਦੇ ਮਾਸੂਮਾ ਜਲਦੀ ਆ ਬਾਬਾ ਮਿਲਣ ਆਇਆ। ਇਸ ਇਲਾਕੇ ਲਿਆ ਤਰੇ ਵਾਰੀ ਉੱਠੀ ਏ ਫਿਰ ਜਾਣ ਪਈ ਏ ਸੈਯਦਾ ਦੇ ਬਾਬਾ ਮਿਲਣ ਆਇਆ। ਉੱਥੋਂ ਇਸ਼ਾਰਾ ਕਰਕੇ ਆਦੀਏ ਕਿਵੇਂ ਉੱਠਾਂ ਦੇ ਰੁੱਲ ਗਈ ਏ ਵਿੱਚ ਸਫਰਾਂ ਨੇ ਇਸਮਤ ਦਾ ਪਾ। ਅੱਲਾ ਤੁਨ ਧੀਆਂ ਦਾ ਮਾਣ ਜ਼ਰੂਰ ਦੇਵੇ। ਅੱਲਾ ਧੀਆਂ ਦੀ ਕਣਕ ਦੇ ਖਾਲੀ ਨਾ ਹੋਵੇ ਨਹੀਂ ਫੇਰ। ਅਲਮ ਤੇ ਮੇਰਾ ਹੱਥ ਐਸਾ ਵਹਿਣ ਕੀਤਾ ਬੀਬੀਆਂ ਦੀਵਾਰਾਂ ਨਾਲ ਟੱਕਰਾਂ ਮਾਰੀਆਂ। ਆਦੀਏ ਬਾਬਾ ਫਿਰ ਹਮਾਂ ਦੀ ਜਾਗੀਰ ਹੋਵੇ ਮਾਣ ਕਿਹਨੂੰ ਹੁੰਦਾ ਹੈ। ਸੈਯਦਾ ਦੇ ਭੈਣਾਂ ਨੂੰ ਪਿਓ ਦੇ ਮੂੰਹ ਤੇ ਮੂੰਹ ਰੱਖ ਕੇ ਪਈ ਆਦੀ ਅਲੀ ਅਕਬਰ ਦੀ ਜਾਗੀਰ ਚ ਬਾਬਾ ਯਾ ਹੁਸੈਨ ਮੈਨੂੰ ਸ਼ਿੰਗਾਰ ਤਮਾਚ ਮਾਰੇ ਰੋਕ ਪਈ ਆਦੀ ਮੈਂ ਤੇਰੀ ਲਾ। ਜੋੜਾ ਵੈਣ ਸੁਣਾਵਾ, ਵੈਣ ਸੁਣਾਵਾ ਜਿਹੜਾ ਮੋਹਰਾ ਲਵੈਣ ਹੈ। ਸੈਯਦਾ ਦੇ ਮਾਸੂਮਾ ਅੱਖਾਂ ਖੋਲ ਬਾਬਾ ਬਿਲਕੁਲ ਸਾਹਮਣੇ ਸਾਹਮਣੇ ਦਾ ਨਾਮ ਹੈ ਰੋਕ ਪਈਆ ਦੀ ਕਿਵੇਂ ਦੇਖਾ ਚਿਹਰਾ ਹਰ ਤਰਫ ਅੰਧੇਰਾ ਬਾਬਾ ਤੇਰੇ ਵਾਂਗੂ ਮੇਰੀ ਦੀਦ ਮੁੱਕ ਗਈ। ਬਸ ਕਰਾ ਤੋ ਬਸ ਕਰਾ ਜਾ ਕੇ ਬੜਾ ਬੋਲੋ ਬੋਲੋ ਬਾਬਾ ਬੋਲੋ ਸਾਰੇ ਇਜਾਜ਼ਤ ਦਿਓ ਰੋਕ ਪਈਆ ਦੀ ਕਿਵੇਂ ਦੇਖਾ ਬਚੜੀ ਕੁੰਨ ਦਰ ਨਹੀਂ ਕਿਉਂ ਜੋ ਲੱਭਦਾ ਨਾ ਤੇਰਾ ਸੀ। ਇਜਾਜ਼ਤ ਹੈ ਬਾਬਾ ਇਜਾਜ਼ਤ ਹੈ ਇਜਾਜ਼ਤ ਦਿੰਦੇ ਹੋ ਲੱਖ ਵਾਰੀ ਅੱਖਾਂ ਰੋਕ ਪਿਆ ਦੀ ਤੇਰੀ ਬਚੜੀ ਕੁੰਨ ਦਰ ਗੱਲ ਔਖੀ ਆ ਗਈ ਜਗਮਵੀਰ ਗੱਲ ਔਖੀ ਆ ਗਈ ਹਕੀਮ ਸਾਹਿਬ ਗੱਲ ਔਖੀ ਆ ਗਈ ਸੁਣਾ ਦੇ ਵਾ ਬਾਬੇ ਜੀ ਸੁਣਾ ਦੇ। ਸੈਯਦਾ ਦੇ ਮਾਸੂਮਾ ਅੱਖਾਂ ਖੋਲ ਬਾਬਾ ਸਵਾਲ ਕਰਦਾ ਆ ਚਲਾ ਜਾਏ ਉਹ ਬੰਦਾ ਜਿਹੜਾ ਹੱਥ ਰੱਖਦਾ ਮਾਤਮ ਨਹੀਂ ਕਰ ਸਕਿਆ। ਸੈਯਦਾ ਦੇ ਅੱਖਾਂ ਖੋਲ ਬਾਬਾ ਫਿਰ ਪੁੱਛਦਾ ਈ ਤੇਰੇ ਸਾਹ ਬੜੇ ਔਖੇ ਰੋਕ ਪਈਆ ਦੀ ਏ ਬਾਬਾ ਆਸ ਮੁੱਕ ਗਈ ਪਸਲੀਆਂ ਵੀ ਟੁੱਟ ਗਈ ਦਾਦੀ ਵਾਂਗੂ ਪਾਸੇ ਦੇ ਜੋ ਹੱਥ ਯਾ ਹੁਸੈਨ
ਅੱਛਾ ਅੱਛਾ ਸਾਰੇ ਹੱਥ ਸਰਥ ਰੱਖੋ ਰੱਖੋ ਮੈਂ ਅਗਲਾ ਵਹਿਰ ਖੜਾ ਰੋ ਕੇ ਭਈਆ ਵੀ ਬਾਬਾ ਆਸਾ ਸਜਾਦ ਨੂੰ ਦੁੱਖ ਦੱਸਿਆ ਰੋ ਕੇ ਭਈਆ ਦੀ ਯਾਦ ਤੇ ਹਾਂ ਮੇਰੇ ਕੁਖਾ ਬਾਬਾ ਮੈਂ ਸਜਾਦ ਕੋਲੋਂ ਅਦੀਏ ਬਾਬਾ ਤੇਰਾ ਕੱਲਾ ਸਜਾਦ ਮਾਸ਼ਾਅੱਲਾ ਸਮੇਂ ਨੇ ਜ਼ਿਕਰ ਤਸ਼ਰੀਫ ਰੱਖੇ